ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਪਤਨਕਾਸਟ। ਮੈਂ ਤੁਹਾਡਾ ਦੋਸਤ ਅਹਿਮਦ ਫਰਾਜ਼। ਦੋਸਤੋ, ਸਭ ਤੋਂ ਪਹਿਲੇ ਰਿਕੁਐਸਟ ਹੈ ਕਿ ਆਪਣੇ ਚੈਨਲ ਕਰੋ ਲਾਈਕ ਤੇ ਸਬਸਕ੍ਰਾਈਬ, ਤੇ ਨਾਲ ਹੀ ਲੱਗੀ ਘੰਟੀ ਦੇ ਬਟਨ ਦਬਾਓ ਤਾਂ ਕਿ ਆਪਣੀ ਹਰ ਆਉਣ ਵਾਲੀ ਵੀਡੀਓ ਮੇਰੇ ਭਰਾ ਵੀਰ ਮੇਰੇ ਸਬਸਕ੍ਰਾਈਬਰ ਦੇਖ ਸਕਣ। ਦੋਸਤੋ, ਪਹਿਲੇ ਇੱਕ ਜੋੜਾ ਲਗਾਇਆ ਸੀ ਮੇਰੇ ਭਰਾਵਾਂ ਦੇ ਖਾਣਾ, ਮਾਸ਼ਾਅੱਲਾ ਇੱਕ ਕੋਟ ਅਬਦੁਲ ਮਲਿਕ ਲਾਹੌਰ ਗਈ, ਦੂਸਰੀ ਦਾ 25,000 ਰੁਪਏ ਬਿਆਨਾ ਆ ਚੁੱਕਾ, ਜਦੋਂ ਡਿਲੀਵਰ ਹੋਵੇਗੀ ਚਲੀ ਜਾਏਗੀ। ਅੱਜ ਮਾਸ਼ਾਅੱਲਾ ਚੋਲਾ ਸਤਾਨੀ ਦੇ ਫਰੀਜ਼ੀਅਨ, ਦੂਸਰਾ ਸੁਆ ਸੂਣ ਵਾਲੀ ਟੋਰ ਫੇਰ ਕੇ ਤਸਲੀਆਂ ਹੋ ਸਨ, ਮਾਸ਼ਾਅੱਲਾ ਵੀ ਦੂਸਰਾ ਸੁਆ ਕਨਫਰਮ ਸੂਣ ਵਾਲੀ, ਮੌਜੂਦਾ ਪਤਾ ਅੱਡਾ ਬੁੰਗਾ ਹਯਾਤ, ਤਹਿਸੀਲੋ ਸਿਲਾ ਪਾਕ ਪਤਨ ਸ਼ਰੀਫ, ਮੋਬਾਈਲ ਨੰਬਰ ਸਾਡਾ 0300 87 54 743, ਵਟਸਐਪ ਨੰਬਰ ਵੀ ਇਹ ਹੈ ਜੀ, ਲੋਕਲ ਨੰਬਰ ਵੀ ਇਹ ਹੈ। ਕੈਮਰਾਮੈਨ ਸਾਹਿਬ, ਰੇਟ ਬੜਾ ਮਕੂਲ ਜੋੜਾ, ਮਾਸ਼ਾਅੱਲਾ ਸਾਫ ਸੁਥਰਾ, ਇੱਕ ਇੱਕ ਹਫਤਾ ਤਕਰੀਬਨ ਡਿਲੀਵਰੀ ਚ ਲੈਂਦੀ, ਔਰ ਇਹ ਵੀ ਦੋਨੋਂ ਮੈਂ ਤਸੱਲੀ ਕਰਵਾਓ ਟੋਰ ਫੇਰ ਕੇ ਤੇ ਰੇਟ ਦੀ ਗੱਲਬਾਤ ਕਰੋ। ਬਿਸਮਿਲ੍ਲਾ, ਲਓ ਜੀ ਮਾਸ਼ਾਅੱਲਾ ਚੈੱਕ ਕਰੋ ਜੋੜਾ ਤੇ ਮੁੱਲ ਬੜਾ ਥੋੜਾ। ਪਹਿਲੇ ਨੰਬਰ ਤੇ ਮਾਸ਼ਾਅੱਲਾ ਦਿਖਾ ਦੇਵਾਂ ਭਰਾਵਾਂ ਨੂੰ, ਇਹ ਚੈੱਕ ਕਰਨਾ ਚੋਲਾ ਸਤਾਨੀ ਔਰ ਫਰੀਜ਼ੀਅਨ ਸੈਕੰਡ ਟਾਈਮਰ, ਫਸਟ ਟਾਈਮਰ ਦਾ ਮਿਲਕਿੰਗ ਰਿਕਾਰਡ 22 ਤੋਂ 23 ਕਿਲੋ, ਔਰ ਹਵਾਨਾ ਚੈੱਕ ਕਰੋ ਮਾਸ਼ਾਅੱਲਾ, ਅੱਗੇ ਪਿੱਛੇ ਸਪੇਸ ਚੈੱਕ ਕਰਾਓ ਜੀ, ਇਹ ਤਾਂ ਕੁਛ ਵੀ ਨਹੀਂ ਜੀ ਹਵਾਨਾ, ਇਹ ਚੈੱਕ ਕਰੋ ਸਪੇਸ, ਲੱਤਾਂ ਖੋਲ ਕੇ ਸਪੇਸ ਚੈੱਕ ਕਰਾ, ਇਹ ਚੈੱਕ ਕਰੋ ਸਪੇਸ ਬਹੁਤ ਜ਼ਿਆਦਾ, ਕਾਲਾ ਸ਼ਾਹ ਥਨ ਲੱਗਾ ਮੁੱਠ ਭਰ, ਇਹ ਚੈੱਕ ਕਰੋ ਅੱਗੇ ਪਿੱਛੇ, ਇਹ ਸਪੇਸ ਚੈੱਕ ਕਰਨੀ ਭਰਾਵਾਂ ਨੇ ਮਾਸ਼ਾਅੱਲਾ ਸਾਰਾ ਹਵਾਨਾ, ਇਹ ਚੈੱਕ ਕਰੋ ਇੱਕ ਦੋ ਦੇ ਪਹਿਲੇ ਚੋਣੀ ਪੈਣੀ ਜਿਹੜੀ, ਇਹ ਚੈੱਕ ਕਰੋ ਸਾਰਾ ਹਵਾਨਾ ਨੇ ਮਾਸ਼ਾਅੱਲਾ ਭਰ ਦੇਣਾ, ਇਹ ਚੈੱਕ ਕਰੋ ਉਹ ਬਾਹਰ ਕੱਢ ਕੇ ਤਸੱਲੀ ਕਰਵਾਉਣੇ ਆ ਫਿਰ ਪਤਾ ਚੱਲ ਜਾਏਗਾ, ਇਹ ਚੈੱਕ ਕਰੋ ਚੋਲਸਤਾਨੀ ਰਫਰੀਜ਼ੀਅਨ, ਇਹ ਬਰੀਡ ਦਾ ਦੁੱਧ ਫੈਟਸ ਵਾਲਾ ਗਾੜਾ ਔਰ ਜ਼ਾਇਕੇਦਾਰ ਚੋਲਸਤਾਨੀ ਦਾ, ਇਹ ਚੈੱਕ ਕਰੋ ਇੱਕ ਵਾਰ ਫਿਰ ਸਪੇਸ ਚੈੱਕ ਕਰਾ ਤਾਂ ਕਿ ਬ੍ਰਾਹਮਣ ਬਾਰ ਬਾਰ ਪਤਾ ਚੱਲ ਜਾਵੇ, ਕੋਈ ਚੀਜ਼ ਛੁਪੀ ਨਾ ਰਹਿ ਜਾਵੇ, ਇਹ ਚੈੱਕ ਕਰੋ ਇਹ ਚੈੱਕ ਕਰੋ ਜੀ ਮਾਸ਼ਾਅੱਲਾ ਬਹੁਤ ਸਪੇਸ ਪਈ ਹੈ। ਦੂਸਰੇ ਨੰਬਰ ਤੇ ਚੱਲੀਏ, ਬਸ ਚੱਲ ਜਾਏਗਾ ਪਤਾ, ਦੂਸਰੇ ਨੰਬਰ ਤੇ ਮਾਸ਼ਾਅੱਲਾ ਇਹ ਚੈੱਕ ਕਰੋ ਜਰਸੀ ਰਫਰੀਜ਼ੀਅਨ, ਇਹ ਚੈੱਕ ਕਰੋ ਹਵਾ ਸ਼ਵਾ ਪਾਈ ਹੋਈ ਹੈ ਤਿਆਰ ਹੋ ਰਹੀ ਮਾਸ਼ਾਅੱਲਾ, ਇਹ ਚੈੱਕ ਕਰੋ ਫੇਸ ਕੁਆਲਿਟੀ ਮਾਸ਼ਾਅੱਲਾ ਚੈੱਕ ਕਰਨੀ, ਇਹ ਚੈੱਕ ਕਰੋ ਫੇਸ ਕੁਆਲਿਟੀ ਲਾਜਵਾਬ, ਜਾਨਵਰ ਮਾਸ਼ਾਅੱਲਾ ਬਹੁਤ ਆ ਲੈਣ ਦੋਨੋਂ ਵੱਡੇ ਜਾਨਵਰ, ਔਰ ਮਾਸ਼ਾਅੱਲਾ ਬਰੀਡ ਐਵਰ ਚੈੱਕ ਕਰੋ, ਛੱਡੋ ਜੀ ਬਾਹਰ ਲੈ ਚਲੋ ਤਸੱਲੀ ਕਰਵਾਓ, ਤਸੱਲੀ ਕਰਵਾਓ ਪੈਰਿਸ਼ ਕੱਢ ਕੇ ਤਸੱਲੀ ਕਰਵਾਓ, ਲੈ ਚਲੋ ਜੀ ਲੈ ਚਲੋ ਬਾਹਰ ਬਾਹਰ ਕੱਢੋ ਤਸੱਲੀ ਕਰਵਾਓ, ਫਿਰ ਕਰੀਏ ਆਪਾਂ ਡਿਮਾਂਡ ਦੀ ਗੱਲ, ਇਨਸ਼ਾਅੱਲਾ ਡਿਮਾਂਡ ਬੜੀ ਮਕੂਲ ਹੋਏਗੀ, ਡਿਮਾਂਡ ਜ਼ਿਆਦਾ ਨਹੀਂ ਡਿਮਾਂਡ ਮਕੂਲ ਹੋਏਗੀ, ਲੈ ਚਲੋ ਇਹ ਸਾਡੇ ਬਹੁਤ ਸੂਰੇ ਨੇ ਮਾਸ਼ਾਅੱਲਾ ਪਹਿਲੇ ਵੀ ਜਾਨਵਰ ਲੈ ਕੇ ਗਏ ਨੇ, ਫਿੱਟ ਹੋ ਸਰ ਜੀ ਓਕੇ, ਇਹ ਸਾਡੇ ਸਾਰੇ ਭਰਾ ਹੀ ਬੈਠੇ ਨੇ, ਚਲੋ ਜੀ ਬਰਾਬਰ ਕੱਢੋ ਤਸੱਲੀ ਕਰਾਓ ਫਿਰ ਕਰੀਏ ਡਿਮਾਂਡ, ਇਹ ਚੈੱਕ ਕਰੋ ਮਾਸ਼ਾਅੱਲਾ ਬੜੀਆਂ ਖੂਬਸੂਰਤ ਨਵੀਆਂ ਆਈਆਂ ਨੇ, ਡਰਦੀਆਂ ਨੇ ਇੱਕ ਵਾਰੀ ਨਵੀਆਂ ਗਾਵਾਂ ਆਈਆਂ ਨੇ ਆਪਣੇ ਕੋਲ ਕਰਦੀਆਂ ਨੇ ਡਰਾ ਨਾ, ਇਹ ਚੈੱਕ ਕਰੋ ਮਾਸ਼ਾਅੱਲਾ ਚਾਲ ਫੇਰ ਹਾਈਟ ਵੇਲ ਇੱਕ ਇੱਕ ਚੀਜ਼ ਮੇਰੇ ਭਰਾਵਾਂ ਦੀ ਨਜ਼ਰ ਹੈ ਮਾਸ਼ਾਅੱਲਾ, ਬੜੀਆਂ ਖੂਬਸੂਰਤ ਵੱਡੇ ਜਾਨਵਰ ਡਿਲੀਵਰੀ ਵਿੱਚ, ਦੋਸਤੋ ਇੱਕ ਇੱਕ ਹਫਤਾ ਬਾਕੀ, ਬਾਕੀ ਇੱਕ ਦਿਨ ਪਹਿਲੇ ਜਾਂ ਲੇਟ ਉਹ ਅੱਲਾ ਨੂੰ ਪਤਾ, ਇੱਕ ਇੱਕ ਹਫਤਾ ਤਕਰੀਬਨ ਲੈਣਗੀਆਂ, ਮਿਲਕਿੰਗ ਰਿਕਾਰਡ ਚੱਕਾ ਦਕਾਠ ਵਾਲੀਆਂ ਗਾਵਾਂ ਮਾਸ਼ਾਅੱਲਾ ਵੱਡੀਆਂ ਗਾਵਾਂ ਨੇ, ਇਹ ਚੈੱਕ ਕਰੋ ਇਹ ਮਾਸ਼ਾਅੱਲਾ ਚੋਲਸਤਾਨੀ ਬਹੁਤ ਦੁੱਧ ਵਾਲੀ ਗਾਂ ਹੈ, ਔਰ ਮਾਸ਼ਾਅੱਲਾ ਦੋ ਬੱਚੇ ਨੇ ਪਹਿਲੇ ਦਿੱਤੇ ਸਨ, ਇਹ ਸੁਰਿਆਲਾ ਬਿਹਤਰ ਜਾਣਦਾ, ਇਹ ਚੈੱਕ ਕਰੋ
ਹਾਈਟ ਵੇਲ ਕੈਮਰੇ ਦੀ ਨਜ਼ਰ ਵੱਡਾ ਜਾਨਵਰ ਹੈ ਮਾਸ਼ਾਅੱਲਾ। ਲੈ ਚੱਲੋ ਜੀ ਇਹ ਚੈੱਕ ਕਰੋ, ਲੈ ਚੱਲ ਡੇਰੇ ਤੇ ਲੈ ਚੱਲ। ਦੂਸਰੀ ਮਾਸ਼ਾਅੱਲਾ, ਤੂੰ ਤਾਂ ਅੱਗੇ ਟੋਰਨਾ ਆਪ ਦੋਨੋਂ। ਇਹ ਚੈੱਕ ਕਰੋ ਮਾਸ਼ਾਅੱਲਾ, ਫੇਸ ਕੁਆਲਿਟੀ ਬੜੇ ਮਾਸ਼ਾਅੱਲਾ ਬਰੀਡ ਵਾਲੇ ਜਾਨਵਰ ਹਨ ਦੋਵੇਂ, ਔਰ ਮਾਸ਼ਾਅੱਲਾ ਦੁੱਧ ਵਾਲੇ। ਚਲੋ ਡੇਰੇ ਤੇ ਕਰੀਏ ਡਿਮਾਂਡ, ਔਰ ਇਨਸ਼ਾਅੱਲਾ ਡਿਮਾਂਡ ਬਰਾ ਸੁਣਨਗੇ ਦਿਲ ਖੁਸ਼ ਹੋਏਗਾ। ਜਿਹੜੇ ਬਰਾ ਦਾ ਜੋੜਾ ਪਸੰਦ ਆਵੇ ਪਰਚੇਜ਼ ਕਰ ਸਕਦਾ ਹੈ ਜਾਂ ਇੱਕ ਗਾਂ। ਲਓ ਜੀ ਦੋਸਤੋ, ਚੈੱਕ ਕਰ ਲੈਣੇ ਬਰਾਵਾਂ ਨੇ ਇੱਕ ਇੱਕ ਚੀਜ਼, ਕੋਈ ਚੀਜ਼ ਛੁਪੀ ਨਾ ਰਹਿ ਜਾਵੇ। ਹਾਈਟ ਵੇਲ ਮਾਸ਼ਾਅੱਲਾ ਅੱਛੀ ਬਰੀਡ ਐਵਰ ਮਾਸ਼ਾਅੱਲਾ ਜਾਨਵਰ ਨੇ, ਚੈੱਕ ਕਰੋ ਦੋਸਤੋ। ਕਰੀਏ ਡਿਮਾਂਡ ਕਿਸੇ ਬਰਾ ਦੇ ਵੀਰ ਦੇ, ਇਹ ਜੋੜਾ ਪਸੰਦ ਆਵੇ। 7 ਲੱਖ ਰੁਪਏ ਡਿਮਾਂਡ ਹੈ, ਵੱਡੀਆਂ ਗਾਵਾਂ ਮਾਸ਼ਾਅੱਲਾ ਦੁੱਧ ਵਾਲੀਆਂ। 7 ਲੱਖ ਰੁਪਏ ਡਿਮਾਂਡ ਹੈ, ਜਿਹਦੇ ਵਿੱਚੋਂ ਪਿਆਰ ਮੁਹੱਬਤ ਦੀਦ ਲਿਆਸ ਡਿਸਕਾਊਂਟ ਹੋ ਜਾਏਗਾ। ਕਿਸੇ ਬਰਾ ਵੀਰ ਦੇ ਇਹ ਜੋੜਾ ਪਸੰਦ ਆਵੇ, 7 ਲੱਖ ਰੁਪਏ ਡਿਮਾਂਡ ਹੈ। ਅਗਰ ਇੱਕ ਪਸੰਦ ਆਵੇ ਫੋਨ ਤੇ ਰਾਬਤਾ ਕਰ ਲੈਣਾ, ਡਿਸਕਾਊਂਟ ਕਰ ਲਾਂਗੇ। ਮੌਜੂਦਾ ਪਤਾ ਅੱਡਾ ਬੁੰਗਾ ਹਯਾਤ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ। ਮੋਬਾਈਲ ਨੰਬਰ ਹੈ ਸਾਡਾ 0300 87 54 743। ਵਟਸਐਪ ਨੰਬਰ ਵੀ ਇਹੀ ਹੈ ਜੀ, ਲੋਕਲ ਨੰਬਰ ਵੀ ਇਹੀ ਹੈ। ਜੋੜੇ ਦਾ ਦੋਸਤੋ 7 ਲੱਖ ਰੁਪਏ ਡਿਮਾਂਡ, ਕਿਸੇ ਬਰਾ ਵੀਰ ਨੂੰ ਇੱਕ ਚਾਹੀਦੀ ਹੋਵੇ, ਫੋਨ ਤੇ ਰਾਬਤਾ ਕਰਕੇ ਪਰਚੇਜ਼ ਕਰ ਸਕਦਾ ਹੈ। ਡਿਸਕਾਊਂਟ ਕਰ ਲਾਂਗੇ, ਔਰ ਰੇਟ ਵੀ ਅਲੈਦਾ ਕਰ ਲਾਂਗੇ। ਇਹ ਚੈੱਕ ਕਰੋ, ਇੱਕ ਇੱਕ ਚੀਜ਼ ਦਿਓਗੇ ਤਸੱਲੀਆਂ। ਇਨਸ਼ਾਅੱਲਾ ਦੋਸਤੋ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣੇ ਫਰਾਜ਼ ਦੋਸਤ ਨੂੰ ਦਿਓ ਇਜਾਜ਼ਤ, ਅੱਲਾ ਨਿਗਹਬਾਨ।